ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਬੇਸਿੱਟਾ ਹੋ ਰਹੀਆਂ ਨੇ ਮੀਟਿੰਗਾਂ ਔਰ ਜਿੱਥੇ ਕੱਲ ਵੀ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਇੱਕ ਸੱਦਾ ਪੱਧਰ ਭੇਜਿਆ ਹੈ ਪੰਜਾਬ ਦੇ ਪੂਰੇ ਪਿੰਡਾਂ ਦੇ ਵਿੱਚ ਕਿ ਤੁਸੀਂ ਹੁਣ ਇਕੱਠੇ ਹੋਵੋ ਔਰ ਦਿੱਲੀ ਵੱਲ ਨੂੰ ਕੂਚ ਕਰੋ ਕਿਉਂਕਿ ਲਗਾਤਾਰ ਜਿਹੜੀਆਂ ਮੀਟਿੰਗਾਂ ਨੇ ਉਹ ਬੇਸਿੱਟਾ ਹੋ ਰਹੀਆਂ ਨੇ ਜੇਕਰ ਬੇਸਿੱਟਾ ਹੋ ਰਹੀਆਂ ਨੇ ਤਾਂ ਕੱਲ੍ਹ ਸੱਦਾ ਪੱਤਰ ਆਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਦਿਖਾ ਦੇਣ ਔਰ ਸੱਦਾ ਪੱਤਰ ਨੂੰ ਕਬੂਲ ਕਰ ਲਿਆ ਗਿਆ ਹੈ ਔਰ ਵੱਖ ਵੱਖ ਪਿੰਡਾਂ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਭਾਰੀ ਇਕੱਠ ਦੇ ਨਾਲ ਲੋਕ ਦਿੱਲੀ ਨੂੰ ਕੂਚ ਕਰਨ ਦੇ ਲਈ ਜਾ ਰਹੇ ਨੇ ਔਰ ਨਾਲ ਰਾਸ਼ਨ ਪਾਣੀ ਔਰ ਵੱਖ ਵੱਖ ਤਰੀਕੇ ਦੀਆਂ ਜਿਹੜੀਆਂ ਜ਼ਰੂਰਤਮੰਦ ਸਮਾਨ ਹੈ ਉਹ ਵੀ ਪਹੁੰਚਦਾ ਕਰਨਗੇ ਦਿੱਲੀ ਦੇ ਨੂੰ ਔਰ ਵੱਡਾ ਕਾਫਲਾ ਜਿਹੜਾ ਹੈ ਇਸ ਵੇਲੇ ਰੱਖੜਾ ਪਰਿਵਾਰ ਔਰ NRI ਵੀਰਾਂ ਦੇ ਸਹਿਯੋਗ ਦੇ ਨਾਲ ਇੱਥੋਂ ਨਿਕਲੇਗਾ ਔਰ ਜਿਹੜਾ ਵੱਖ ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਦਿੱਲੀ ਵੱਲ ਨੂੰ ਕੂਚ ਕਰੇਗਾ ਔਰ ਇਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਵੱਡੀ ਤਾਦਾਦ ਦੇ ਵਿੱਚ ਟਰਾਲੀਆਂ ਦੇ ਵਿੱਚ ਸਮਾਨ ਭਰ ਲਿਆ ਗਿਆ ਹੈ ਮੂੰਗਫਲੀਆਂ ਰਿਓੜੀਆਂ ਔਰ ਨਾਲ ਕਿੰਨੂਆਂ ਦੇ ਟਰੱਕ ਨੇ ਨਾਲ ਹੋਰ ਵੀ ਬਹੁਤ ਸਾਰਾ ਸਮਾਨ ਹੈ ਜਿਹੜਾ ਦਿੱਲੀ ਵੱਲ ਨੂੰ ਪਹੁੰਚਾਇਆ ਜਾਊਗਾ ਔਰ ਉੱਥੇ ਜਿਹੜਾ ਹੈ ਉੱਥੇ ਹੀ ਲੋਹੜੀ ਮਨਾਈ ਜਾਊਗੀ ਔਰ ਉੱਥੇ ਹੀ 26 ਜਨਵਰੀ ਨੂੰ ਜਿੱਦਾਂ ਟਰੈਕਟਰ ਮਾਰਚ ਦੀ ਗੱਲ ਕਹੀ ਗਈ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਬਿਲਕੁਲ ਉਸੇ ਤਰੀਕੇ ਦੇ ਨਾਲ ਟਰੈਕਟਰ ਮਾਰਚ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਜਾਊਗੀ ਵੱਡਾ ਕਾਫਲਾ ਇੱਥੋਂ ਚੱਲੇਗਾ ਬਹੁਤ ਸਾਰੇ ਆਗੂ ਇੱਥੇ ਜੁੜੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਵੱਡਾ ਕਾਫਲਾ ਤੁਸੀਂ ਲੈ ਕੇ ਜਾ ਰਹੇ ਹੋ ਲੱਗਦਾ ਹੈ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਮੰਨ ਜਾਣਾ ਚਾਹੀਦਾ ਅੱਜ ਦੁਨੀਆ ਦੇ ਵਿੱਚੋਂ ਇਹ ਸੰਘਰਸ਼ ਨੂੰ ਲੋਕ ਹਮਾਇਤ ਕਰ ਰਹੇ ਨੇ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਅਮਰੀਕਾ ਦੇ ਵਿੱਚੋਂ ਆਪ ਆ ਕੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਜਿਵੇਂ ਜਿਵੇਂ ਵੇਖਿਆ ਵੀ ਵੱਡੀਆਂ ਲੋੜਾਂ ਨੇ ਉੱਥੇ ਵਾਟਰਪਰੂਫ ਟੈਂਟ ਦੀ ਲੋੜ ਹੈ ਕਿਉਂਕਿ ਮੀਂਹ ਲਗਾਤਾਰ ਪੈਂਦਾ ਰਿਹਾ ਬੀਬੀਆਂ ਬੱਚੇ ਬਜ਼ੁਰਗ ਬਹੁਤ ਔਖੇ ਹੋਏ ਅਤੇ ਉਹਨਾਂ ਨੇ ਵੱਡਾ 2000 ਦੇ ਕਰੀਬ ਬੰਦੇ ਦਾ ਜਿਹੜਾ ਪ੍ਰਬੰਧ ਹੈ ਉੱਥੇ ਟੈਂਟ ਲਵਾ ਕੇ ਬੋਰ ਕਰਾ ਕੇ ਲੈਟਰਿੰਗਾਂ ਦੀ ਜਿਹੜੀ ਮੁਸ਼ਕਲ ਸੀ ਉਹ ਵੱਡੇ ਪੱਧਰ 'ਤੇ ਲੈਟਰਿੰਗਾਂ ਲਵਾਈਆਂ ਇਸ ਤਰੀਕੇ ਨਾਲ ਜਿਹੜੀ ਵੱਡੀ ਸੇਵਾ ਜਿਵੇਂ ਪਰਿਵਾਰ ਇਹ ਹਮੇਸ਼ਾ ਪਹਿਲਾਂ ਚਾਹੇ ਸੁਨਾਮੀ ਆਈ ਉਦੋਂ ਕਰਦਾ ਰਿਹਾ ਅਤੇ ਹੁਣ ਵੀ ਇਸ ਪਰਿਵਾਰ ਨੇ ਅੱਜ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਆਪ ਨਾਲ ਜਾ ਰਹੇ ਨੇ ਔਰ ਆਪ ਨਾਲ ਉੱਥੇ ਕਈ ਦਿਨ ਰਹਿਣਗੇ ਔਰ ਨਾਲ ਉਹਨਾਂ ਨੇ ਇਹ ਤੈਅ ਕੀਤਾ ਜਿੰਨਾ ਚਿਰ ਲੰਮਾ ਸੰਘਰਸ਼ ਚੱਲੇ ਇਸ ਪਰਿਵਾਰ ਵੱਲੋਂ ਚਾਹੇ ਉਹਦੇ 'ਤੇ 5 ਕਰੋੜ ਖਰਚ ਆਵੇ ਚਾਹੇ 10 ਆਵੇ ਉਹ ਲਗਾਤਾਰ ਸੇਵਾ ਕਰਦੇ ਰਹਿਣਗੇ ਜਿਵੇਂ ਜਿਵੇਂ ਉੱਥੇ ਦੇ ਆਗੂ ਸਾਹਿਬਾਨ ਦੱਸਣਗੇ ਵੀ ਸਾਡੀ ਆਹ ਮੁਸ਼ਕਲ ਆਹ ਲੋੜ ਹੈ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਇਹ ਪਰਿਵਾਰ ਹਮੇਸ਼ਾ ਹਾਜ਼ਰ ਰਹੂਗਾ ਔਰ ਨਾਲ ਮੈਂ ਖਾਸ ਕਰਕੇ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਮੀਟਿੰਗਾਂ ਕਰੀਆਂ ਨੇ ਉਹ ਮੀਟਿੰਗਾਂ ਦੇ ਵਿੱਚ ਉਹਨਾਂ ਦੀ ਮਨਸ਼ਾ ਹੁਣ ਇਹ ਲੱਗਦੀ ਹੈ ਵੀ ਕਿਤੇ ਨਾ ਕਿਤੇ ਉਹ ਹੱਲ ਨਹੀਂ ਕਰਨਾ ਚਾਹੁੰਦੇ ਸੰਘਰਸ਼ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਾਂ ਸੰਘਰਸ਼ ਨੂੰ ਤੋੜਨਾ ਚਾਹੁੰਦੇ ਨੇ ਜਾਂ ਸੰਘਰਸ਼ ਨੂੰ ਥਕਾਉਣਾ ਚਾਹੁੰਦੇ ਨੇ ਅਤੇ ਮੈਂ ਬੇਨਤੀ ਕਰਦਾ ਮੋਦੀ ਸਾਹਿਬ ਨੂੰ ਵੀ ਬੜੀ ਪਰਮਾਤਮਾ ਨੇ ਵੱਡੀ ਸ਼ਕਤੀ ਦਿੱਤੀ ਹੈ ਉਹਨਾਂ ਨੂੰ ਕਿਸੇ ਵੀ ਗੱਲ 'ਤੇ ਇਹ ਨਹੀਂ ਸਮਝਣਾ ਚਾਹੀਦਾ ਵੀ ਇਹਨਾਂ ਨੂੰ ਰੱਦ ਕਰਨ ਨਾਲ ਉਹਦੀ ਬੇਇੱਜ਼ਤੀ ਹੈ ਜਿਹੜਾ ਰਾਜਾ ਹੈ ਉਹਦੀ ਕਦੇ ਬੇਇੱਜ਼ਤੀ ਨਹੀਂ ਹੁੰਦੀ ਜੇ ਪਰਜਾ ਦੀ ਮੁਸ਼ਕਲ ਹੈ ਪਰਜਾ ਇੱਕ ਨਿਮਾਣੀ ਹੈ ਕਿਉਂਕਿ ਕਿਸਾਨ ਜਿਹੜੇ ਇਸ ਰਾਜੇ ਇਸ ਦੇਸ਼ ਦੀ ਉਹ ਇੱਕ ਪਰਜਾ ਹੈ ਉਹਨਾਂ ਦੀ ਸਮੱਸਿਆ ਉਹਨੂੰ ਹੱਲ ਕਰਨੀ ਚਾਹੀਦੀ ਹੈ ਜੇ ਸਮੱਸਿਆ ਹੱਲ ਕਰਨਗੇ ਤਾਂ ਆਉਣ ਵਾਲੀ ਸਦੀਆਂ ਦੇ ਵਿੱਚ ਮੋਦੀ ਦਾ ਨਾਂ ਲੋਕ ਸਤਿਕਾਰ ਨਾਲ ਲੈਣਗੇ ਅਤੇ ਜੇ ਕਿਸਾਨਾਂ ਨੂੰ ਇਸ ਤਰ੍ਹਾਂ ਹੀ ਮਾਰਨ ਦੀ ਉਹਨਾਂ ਦੇ ਵੱਖ ਵੱਖ ਜਿਹੜੀਆਂ ਸਾਜ਼ਾਂ ਰਚ ਕੇ ਇਸ ਸੰਘਰਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਔਰੰਗਜ਼ੇਬ ਵਾਂਗ ਮੋਦੀ ਸਾਹਿਬ ਦਾ ਵੀ ਨਾਂ ਲੋਕ ਯਾਦ ਕਰਿਆ ਕਰਨ ਜੀ ਤਿਆਰੀਆਂ ਦੀ ਗੱਲ ਕਰੀਏ ਤਾਂ ਕੀ ਤਿਆਰੀਆਂ ਕੀਤੀਆਂ ਗਈਆਂ ਨੇ ਉੱਥੇ ਦਿੱਲੀ ਪਹੁੰਚਣ ਦੇ ਲਈ ਅੱਜ ਇੱਥੋਂ ਬਹੁਤ ਵੱਡਾ ਜਿਹੜਾ ਆਉਣ ਵਾਲੇ 5-10 ਦਿਨਾਂ ਦਾ ਰਾਸ਼ਨ ਵੱਡੀ ਗਿਣਤੀ ਦੇ ਵਿੱਚ ਉਹਦੇ ਵੱਖ ਵੱਖ ਤਰੀਕੇ ਨਾਲ ਉਹਦੇ ਵਿੱਚ ਹਰ ਤਰ੍ਹਾਂ ਦੀਆਂ ਲੱਡੂ ਆਪਣਾ ਲੱਡੂ ਪਿੰਨੀਆਂ ਸੇਬ ਕੇਲੇ ਜਿਹੜੀ ਵੀ ਕੋਈ ਚੀਜ਼ 5-10 ਦਿਨ ਖਰਾਬ ਨਹੀਂ ਹੋ ਸਕਦੀ ਵੱਡੀ ਗਿਣਤੀ ਦੇ ਵਿੱਚ ਇੱਥੋਂ ਸੁੱਕਾ ਰਾਸ਼ਨ ਬਾਕੀ ਜਿਹੜਾ ਰਾਸ਼ਨ ਹੈ ਬਾਅਦ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਟਰੈਕਟਰ ਟਰੱਕਾਂ ਰਾਹੀਂ ਉੱਥੇ ਭੇਜਿਆ ਜਾਇਆ ਕਰੂਗਾ ਅਤੇ ਅੱਜ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਸੈਂਕੜੇ ਟਰਾਲੀਆਂ ਜਿਹੜੀਆਂ ਜਾ ਰਹੀਆਂ ਨੇ ਬਹੁਤ ਸਾਰੀਆਂ ਟਰਾਲੀਆਂ ਪਾਤੜਾਂ ਵਾਲੀਆਂ ਉੱਧਰਲੇ ਪਾਸਿਓਂ ਉਦੋਂ ਚੱਲ ਪਈਆਂ ਜਿਹੜੀਆਂ ਨੇੜੇ ਵਾਲੇ ਹਲਕੇ ਨੇ ਇੱਧਰ ਨੂੰ ਆ ਰਹੇ ਨੇ ਬਾਕੀ ਜਿਹੜੀਆਂ ਸਿੱਧੀਆਂ ਲੈ ਕੇ ਜਾ ਰਹੇ ਨੇ ਸਾਰੇ ਜਾ ਕੇ ਪਾਣੀਬੱਧ ਦੇ ਨੇੜੇ ਆਪਸ ਦੇ ਵਿੱਚ ਇਕੱਠੇ ਹੋ ਜਾਣਗੇ ਅਤੇ ਅੱਜ ਸ਼ਾਮ ਨੂੰ ਸਾਰੀਆਂ ਜਿਹੜੀਆਂ ਇਹ ਟਰਾਲੀਆਂ ਦਿੱਲੀ ਪਹੁੰਚ ਜਾਣੀਆਂ ਨੇ ਉੱਥੇ ਜਿਹੜਾ ਪ੍ਰਬੰਧ ਰਹਿਣ ਦਾ ਸਾਰੇ ਹਰ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਉੱਥੇ ਹੈਗਾ ਵੱਡੇ ਪੱਧਰ 'ਤੇ ਜਿਹੜਾ ਟੈਂਟ ਲੰਗਰ ਵਾਲਾ ਹੈ ਉਹ ਲਾਇਆ ਜਿਹਦੇ ਵਿੱਚ ਇੱਕੋ ਟਾਈਮ ਦੇ ਵਿੱਚ 500-600 ਬੰਦਾ ਲੰਗਰ ਛਕ ਸਕਦਾ ਵੱਡਾ ਪ੍ਰਬੰਧ ਇਸ ਪਰਿਵਾਰ ਵੱਲੋਂ ਕਰਿਆ ਮੈਂ ਪਰਿਵਾਰ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਆਪਦਾ ਜੀ ਜਾਨ ਲਾ ਕੇ ਜਿਹੜੀ ਇਹ ਸੇਵਾ ਦੇ ਵਿੱਚ ਜੁਟੇ ਹੋਏ ਨੇ ਜੀ ਬਿਲਕੁਲ ਜੀ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਜ਼ਰੂਰ ਸਾਂਝੀਆਂ ਕਰ ਦੇਣ ਕਿਉਂਕਿ ਕਾਫਲਾ ਜਿਉਂ ਜਿਉਂ ਇੱਥੋਂ ਚੱਲੇਗਾ ਵੱਡਾ ਹੁੰਦਾ ਜਾਵੇਗਾ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ
ਇੱਥੋਂ ਕੂ ਚੱਲਣ ਗਿਆ ਔਰ ਅੱਗੇ ਵੱਲ ਨੂੰ ਦਿੱਲੀ ਵੱਲ ਨੂੰ ਕੂਚ ਕਰਨ ਗਿਆ ਜਿੱਦਾਂ ਜਿੱਦਾਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਅੱਗੇ ਵੱਲ ਨੂੰ ਜਾਣਗੇ ਤੇ ਕਾਫਲਾ ਜਿਹੜਾ ਨਾਲ ਹੈ ਉਹ ਰਲਦਾ ਜਾਵੇਗਾ ਔਰ ਇਸ ਕਰਕੇ ਕਿਉਂਕਿ ਮੀਟਿੰਗਾਂ ਲਗਾਤਾਰ ਬੇਸਿੱਟਾ ਹੋ ਰਹੀਆਂ ਨੇ ਜਿਉਂ ਮੀਟਿੰਗਾਂ ਬੇਸਿੱਟਾ ਹੋ ਰਹੀਆਂ ਨੇ ਤਾਂ ਕੱਲ ਕਿਸਾਨ ਆਗੂਆਂ ਦੇ ਵੱਲੋਂ ਇੱਕ ਸੱਦਾ ਪੱਤਰ ਭੇਜਿਆ ਗਿਆ ਸੀਗਾ ਇੱਕ ਐਲਾਨ ਕੀਤਾ ਗਿਆ ਸੀ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਆਵਾਮ ਨੂੰ ਇਹ ਸੱਦਾ ਪੱਤਰ ਭੇਜਿਆ ਗਿਆ ਸੀਗਾ ਕਿ ਤੁਸੀਂ ਉਹਨੂੰ ਤਿਆਰ ਹੋ ਜਾਓ ਕਿਉਂਕਿ ਦਿੱਲੀ ਦੇ ਵਿੱਚ ਹੋਰ ਇਕੱਠ ਜਿਹੜਾ ਹੈ ਵੱਡਾ ਕਰਨ ਦੀ ਜ਼ਰੂਰਤ ਪੈਣੀ ਹੈ ਇਕੱਠ ਨੂੰ ਹੋਰ ਲੰਬਾ ਕਰਨ ਦੀ ਜ਼ਰੂਰਤ ਪੈਣੀ ਹੈ ਔਰ 26 ਤਰੀਕ ਨੂੰ ਜਿਹੜਾ ਹੈ ਵੱਡਾ ਜਿਹੜਾ ਹੈ ਇਕੱਠ ਹੋਵੇਗਾ 26 ਤਰੀਕ ਨੂੰ ਟਰੈਕਟਰ ਮਾਰਚ ਜਿਹੜਾ ਹੈ ਕੀਤਾ ਜਾਵੇਗਾ ਸੁਰਜੀਤ ਸਿੰਘ ਰੱਖੜਾ ਮੇਰੇ ਨਾਲ ਨੇ ਰੱਖੜਾ ਜੀ ਵੱਡਾ ਕਾਫਲਾ ਲੈ ਕੇ ਜਾ ਰਹੇ ਹੋ ਕੀ ਸਮਝਦੇ ਹੋ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਕਾਨੂੰਨ ਮੰਨ ਜਾਣਾ ਚਾਹੀਦਾ ਰੱਦ ਕਰ ਲਏ ਦੇਖੋ ਹੁਣ ਤਾਂ ਮੈਂ ਜੀ ਲੜਾਈ ਹੈ ਜੀ ਕਾਨੂੰਨ ਤਾਂ ਵਾਪਸ ਹੋਣਗੇ ਹੋਣਗੇ ਮੈਂ ਤੇ ਰੱਬ ਦੀ ਹਮੇਸ਼ਾ ਲੜਾਈ ਹੁੰਦੀ ਹੈ ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤਾ ਤੁਸੀਂ ਦੇਖਿਆ ਹੈ ਕਿ ਇਕੱਲੇ ਪੰਜਾਬ ਦੀ ਲੜਾਈ ਨਹੀਂ ਰਹੀ ਸਾਰੇ ਹਿੰਦੁਸਤਾਨ ਦੀ ਲੜਾਈ ਨਹੀਂ ਰਹੀ ਇਹ ਇੰਟਰਨੈਸ਼ਨਲ ਲੜਾਈ ਬਣ ਗਈ ਅੱਜ ਸਾਰੀ ਦੁਨੀਆ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਹੈ ਔਰ ਮੋਦੀ ਸਾਹਿਬ ਨੂੰ ਮੈਂ ਤਾਂ ਬੇਨਤੀ ਕਰਦਾ ਵੀ ਇਹ ਕਾਨੂੰਨ ਵਾਪਸ ਲੈ ਲਓ ਜੋ ਇਹ ਸੰਘਰਸ਼ ਚੱਲ ਰਿਹਾ ਹੈ ਜੋ ਲੋਕ ਇੰਨੇ ਠੰਡ ਦੇ ਵਿੱਚ ਉੱਥੇ ਪਾਲੇ 'ਚ ਬੈਠੇ ਨੇ ਮੀਂਹ ਪੈ ਰਿਹਾ ਉੱਤੋਂ ਬੱਚੇ ਬੈਠੇ ਨੇ ਬਜ਼ੁਰਗ ਬੈਠੇ ਨੇ ਤੁਸੀਂ ਦੇਖਿਆ ਵੀ ਉੱਥੇ ਇੰਟਰਨੈਸ਼ਨਲੀ ਲੋਕ ਬਾਹਰ NRI ਵੀ ਬਹੁਤ ਬੈਠੇ ਨੇ ਸੋ ਉਹਨਾਂ ਨੂੰ ਇਹ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ ਤੇ ਜਿਹਦੇ ਨਾਲ ਹਿੰਦੁਸਤਾਨ ਦਾ ਜਿਹੜਾ ਅਕਸ਼ ਹੈ ਉਹ ਵੱਡਾ ਹੋਵੇ ਰੱਖੜਾ ਸਾਹਿਬ ਅੱਜ ਕਿਸਾਨ ਜਾ ਰਿਹਾ ਹੈ ਕਿ ਜਾਂ ਇੱਕ ਪੁਰਾਣਾ ਸਾਬਕਾ ਤੁਸੀਂ ਲੀਡਰ ਵੀ ਰਹੇ ਹੋ ਅੱਜ ਕਿਸਾਨ ਦੇ ਤੌਰ ਤੇ ਜਾ ਰਹੇ ਹੋ ਜਾਂ ਲੀਡਰ ਦੇ ਤੌਰ ਤੇ ਜਾ ਰਹੇ ਹੋ ਦੇਖੋ ਜੇ ਕਿਸਾਨੀ ਹੋਊਗੀ ਤਾਂ ਹੀ ਲੀਡਰੀ ਰਹੂਗੀ ਜੇ ਕਿਸਾਨੀ ਨਾ ਰਹੀ ਤਾਂ ਲੀਡਰੀ ਤਾਂ ਕਿਤੇ ਆਪਣੇ ਆਪ ਖਤਮ ਹੋ ਜਾਊਗੀ ਸੋ ਪਹਿਲਾਂ ਅਸੀਂ ਕਿਸਾਨ ਆ ਜਿੰਨਾ ਇਹ ਜੇ ਅੱਜ ਤਾਂ ਇੱਥੇ ਪਹੁੰਚੇ ਹਾਂ ਤਾਂ ਕਿਸਾਨੀ ਕਰਕੇ ਪਹੁੰਚੇ ਹਾਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਅਤੇ ਮਿਹਨਤ ਕੀਤੀ ਹੈ ਤਾਂ ਗੁਰੂ ਮਹਾਰਾਜ ਨੇ ਇੱਥੇ ਪਹੁੰਚਾਇਆ ਸੋ ਇਹ ਜਿਹੜੀ ਪਹਿਲਾਂ ਅਸੀਂ ਕਿਸਾਨ ਆ ਇਹ ਲੀਡੀਆਂ ਲੁੱਡੀਆਂ ਛੋਟੀਆਂ ਗੱਲਾਂ ਨੇ ਇਹ ਤਾਂ ਐਵੇਂ ਉਹ ਨੇ ਅਤੇ ਗੁਰੂ ਨੇ ਬਖਸ਼ਿਸ਼ ਕੀਤੀ ਅਤੇ ਕਾਨੂੰਨ ਵਾਪਸ ਕਰਾ ਕੇ ਆਵਾਂਗੇ ਜੀ ਔਰ ਅੱਜ ਦੀ ਤਿਆਰੀਆਂ ਕਿੱਦਾਂ ਦੀਆਂ ਨੇ ਜੇਕਰ ਲੰਬਾ ਚੱਲਿਆ ਸੰਘਰਸ਼ ਦੇ ਨਾਲ ਡਟੇ ਰਹੋਗੇ ਦੇਖੋ ਅਸੀਂ 6 ਮਹੀਨੇ ਖਾਤਰ ਟੈਂਟ ਲਾਏ ਨੇ ਉੱਥੇ ਅਤੇ 6 ਮਹੀਨੇ ਤੋਂ ਬਾਅਦ ਦੇ ਵਿੱਚ ਜੇ ਲੋੜ ਪਈ 6 ਮਹੀਨੇ ਹੋਰ ਐਕਸਟੈਂਡ ਕਰ ਲਾਂਗੇ ਅਤੇ ਆ ਰਾਸ਼ਨ ਤੁਸੀਂ ਦੇਖ ਰਹੇ ਹੋ ਸਾਰੀਆਂ ਟਰਾਲੀਆਂ ਰਾਸ਼ਨ ਦੀਆਂ ਭਰੀਆਂ ਹੋਈਆਂ ਨੇ ਅਤੇ ਹੁਣ ਤਾਂ ਕਾਨੂੰਨ ਵਾਪਸ ਕਰਾ ਕੇ ਆਵਾਂਗੇ ਸਾਰੇ ਆਪਣਾ ਮਨ ਬਣਾ ਕੇ ਚੱਲੇ ਨੇ ਕਿ ਕਾਨੂੰਨ ਅਸੀਂ ਵਾਪਸ ਕਰਾ ਕੇ ਮੁੜਨਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਗੱਲਬਾਤ ਕੀਤੀ ਔਰ ਸੁਰਜੀਤ ਸਿੰਘ ਰੱਖੜਾ ਨੇ ਸਾਬਕਾ ਕੈਬਨਿਟ ਮੰਤਰੀ ਨੇ ਔਰ ਵੱਡੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅੱਜ ਲੀਡਰ ਨਹੀਂ ਜਾ ਰਿਹਾ ਅੱਜ ਕਿਸਾਨ ਦਾ ਉਹ ਪੁੱਤ ਜਾ ਰਿਹਾ ਜਿਸ ਨੂੰ ਲੋੜ ਹੈ ਦਿੱਲੀ ਜਾਣ ਦੇ ਲਈ ਜਿਸ ਨੂੰ ਲੋੜ ਹੈ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੈ ਔਰ ਲੋੜ ਪਈ ਹੋਈ ਹੈ ਕਿਉਂਕਿ ਮੀਟਿੰਗਾਂ ਜਿਹੜੀਆਂ ਨੇ ਬੇਸਿੱਟਾ ਰਹਿ ਰਹੀਆਂ ਨੇ ਸ਼ਾਇਦ ਇਹੀ ਕਾਰਨ ਹੈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਇਹੀ ਹਾਲਾਤ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਇਹੋ ਜਿਹਾ ਕਾਫਲਾ ਜਿਹੜਾ ਹੈ ਦਿੱਲੀ ਵੱਲ ਨੂੰ ਕੂਚ ਕਰ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਵਿਖੇ ਵੱਡਾ ਇਕੱਠ ਹੋਣ ਵਾਲਾ ਹੈ ਲੱਖਾਂ ਦੀ ਤਾਦਾਦ ਦੇ ਵਿੱਚ ਹੋਰ ਇਕੱਠ ਵਧਣ ਵਾਲਾ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਇਸ 3 ਖੇਤੀ ਕਾਨੂੰਨਾਂ ਤੇ ਹਜੇ ਵੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹ ਅੜੀ ਹੋਈ ਹੈ 3 ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੀ ਔਰ ਵੱਡਾ ਕਾਫਲਾ ਜਿਹੜਾ ਹੈ ਦਿੱਲੀ ਵੱਲ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕੂਚ ਕਰ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ 26 ਤਰੀਕ ਨੂੰ ਜਿਹੜਾ ਹੈ ਐਲਾਨ ਕੀਤਾ ਗਿਆ ਹੈ ਕਿ ਟਰੈਕਟਰ ਮਾਰਚ ਜਿਹੜਾ ਹੈ 26 ਜਨਵਰੀ ਵਾਲੇ ਦਿਨ ਕੀਤਾ ਜਾਵੇਗਾ ਬਿਲਕੁਲ ਉਸੇ ਤਰੀਕੇ ਦੇ ਨਾਲ ਟਰੈਕਟਰ ਜਿਹੜੇ ਆ ਦਿੱਲੀ ਵੱਲ ਨੂੰ ਕੂਚ ਕਰਨਗੇ ਔਰ 26 ਤਰੀਕ ਇਤਿਹਾਸਕ ਉਹ ਨਿਬੜੇਗੀ ਔਰ ਉਮੀਦ ਕਰਦੇ ਹਾਂ ਕਿ ਜੇਕਰ 26 ਤਰੀਕ ਕੇਂਦਰ ਦੀ ਮੋਦੀ ਸਰਕਾਰ ਇਹ ਸੋਚ ਰਹੀ ਹੈ ਕਿ ਜਿਹੜੇ ਟਰੈਕਟਰ ਮਾਰਚ ਨਾ ਕਰਨ ਕਿਸਾਨ ਤਾਂ ਪਹਿਲਾਂ ਹੀ ਜਿਹੜੀਆਂ 15 ਤਰੀਕ ਨੂੰ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਇਹ ਜਿਹੜੀ 3 ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਤੇ ਜਿਹੜੇ ਕਿਸਾਨ ਅੜੇ ਹੋਏ ਨੇ ਉਹਨਾਂ ਦੀ ਮੰਗ ਮੰਨ ਲਈ ਜਾਏ ਤਾਂ ਜੋ ਜਿਹੜੇ ਪੰਜਾਬ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਕਿਸਾਨ ਹੈ ਉਹ ਆਪਣੇ ਘਰਾਂ ਨੂੰ ਪਰਤ ਸਕਣ। ਜੀ ਹਾਂ ਬਿਲਕੁਲ, ਕੂਚ ਕਰਨੀਆਂ ਟਰਾਲੀਆਂ ਜਿਹੜੀਆਂ ਨੇ ਪਿੰਡਾਂ ਤੋਂ ਸ਼ੁਰੂ ਹੋ ਚੁੱਕੀਆਂ ਨੇ। ਤਸਵੀਰਾਂ ਇਸ ਵੇਲੇ ਪਟਿਆਲਾ ਦੀਆਂ ਨੇ ਜਿੱਥੇ ਰੱਖੜਾ ਸਾਹਿਬ ਵੱਡਾ ਨਾਮ ਹੈ। ਰੱਖੜਾ ਸਾਹਿਬ ਦੇ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਔਰ ਇਸ ਇਕੱਠ ਦੇ ਰਾਹੀਂ ਜਿਹੜਾ ਦਿੱਲੀ ਵੱਲ ਨੂੰ ਕੂਚ ਕੀਤਾ ਜਾ ਰਿਹਾ ਔਰ ਵੱਡੇ ਪੱਧਰ 'ਤੇ ਟਰੈਕਟਰ ਟਰਾਲੀਆਂ ਦੇ ਰਾਹੀਂ ਹੋਰ ਬਹੁਤ ਸਾਰੀ ਸੰਗਤ ਹੈ ਇਹਨਾਂ ਦੇ ਵੱਲੋਂ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲਬਾਤ ਵੀ ਕਰਾਂਗੇ ਇਹਨਾਂ ਦੇ ਨਾਲ। ਰੱਖੜਾ ਸਾਹਿਬ, ਅੱਜ ਕਿਸਾਨ ਦਾ ਪੁੱਤ ਦਿੱਲੀ ਵੱਲ ਨੂੰ ਕੂਚ ਕਰ ਰਿਹਾ, ਕੀ ਸਮਝਦੇ ਹੋ? ਦੇਖੋ, ਇਹ ਕੂਚ ਕਰਨ ਸਾਨੂੰ ਤਕਰੀਬਨ 2 ਮਹੀਨੇ ਹੋ ਗਏ ਜੀ ਅਤੇ ਸਾਰੇ ਲੱਗੇ ਹੋਏ ਨੇ, ਸਾਰਾ ਹਿੰਦੁਸਤਾਨ ਲੱਗਿਆ ਹੋਇਆ। ਇਹ ਡਿਊਟੀ ਬਣਦੀ ਹੈ, ਫਰਜ਼ ਬਣਦਾ, ਜੇ ਅਸੀਂ ਆਪਣੀ ਕਿਸਾਨੀ ਬਚਾਉਣੀ ਹੈ ਤਾਂ ਇਹ ਡਿਊਟੀ ਬਣਦੀ ਹੈ ਕਿ ਅਸੀਂ ਸਾਰੇ ਜਾਣੇ ਇਹਦੇ ਵਿੱਚ ਲੱਗੀਏ ਜੀ। ਜੇ ਨਾ ਲਗਾਂਗੇ ਤਾਂ ਮਾਰੇ ਜਾਵਾਂਗੇ ਅਤੇ ਅੱਜ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਅਤੇ ਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਅਤੇ ਲੜਾਈ ਅਸੀਂ ਜਿੱਤਾਂਗੇ। ਜਿੱਤਾਂਗੇ ਤਾਂ ਪਹਿਲਾਂ ਵਾਂਗੂ ਜਿਵੇਂ ਅਸੀਂ ਖੇਤੀ ਕਰਦੇ ਹਾਂ ਉਹ ਸਾਡੀ ਖੇਤੀ ਹੋਊਗੀ।
जी और किसान जिहड़े आगू ने क्योंकि मीटिंग कल भी बेसिटा रही उन्होंने वालों एक ऐलान भी किया गया कि वक्त पिंडों के संगत वड्डी पद्धर से पहुंचे क्योंकि केंद्र के मंत्री मन नहीं रहे शायद उस सुनेहे का अज जिहड़ा तुसीं फैसला किया दिल्ली जाण नूं। देखो जिहड़ी गल जाणदी है ये तो तुम देखो भी हर रोज़ उत्थे 2 किलोमीटर का कट बढ़ रहा है जी। ये असी लड़ाई है जिहड़ी ये मोदी साहब की लड़ाई नहीं है, मोदी यहाँ लोगों की लड़ाई है। 85% जो किसान ने जो खेती निर्भर ने मजदूर ने NRI ने सारे जुड़े हुए ने इस गल के नाल। सो उसके लिए असं सारे जने चले हैं तो तुम देखोगे कि मोदी साहब को झुकना पैना। मैं तो विश्वास ना कहना जो गुरु की कृपा हो सच्चे पातशाह की मेहर होवे ना जो अमन शांति होे मन के निम्रता हो जिम्मे श्री गुरु तेग बहादुर साहब ने निम्रता दिखाई है तो उही अज चल रहा है। ये जरा भाणा वरत रहा मैं समझना भी परमात्मा की मेहर मोदी चाहता है कि साढ़े बच्चे लड़ाई झगड़ा हो धड़ेबंदी बने असी पार्टी बाज बंडे जाइए। मोदी ये करके डिले कर रहा है अदरवाइज उन्होंने पता भी मनना पैना पर दिमाग कितना कितने बड़ी हुई है कि कितना कितने इन्होंने मैं धड़ेबंदी बना दिया पार्टी बाजी बना दिया पर मैं 100% उम्मीद है भी ये धड़ेबंदी बननी नहीं गुरु ने कृपा करनी है तो इसलिए तुम कामयाब होवोगे तो तिने काले कानून वापस होंगे जी। अंकल जी की समझते हो कि वड्डा काफला जिहड़ा अज दिल्ली वालों जा रहा केंद्र की मोदी सरकार के कान खोले गया काफला? ये काफला जिहड़ा है जी ये सानू पहली बार नहीं साडे नाल होया 1982 तो लग के 1984 तक इंदिरा गांधी ने जो साडे नाल पंजाबियों नाल और सिखां नाल सारे पंजाबियों नाल जो साडे नाल होया सी वह अज फिर इतिहास दोहराया जा रहा मोदी जिहड़ा है वो फिर अज उन्हें उस इतिहास में दोहरा रहा पर असी झुकने वाले नहीं पंजाबी भावें सानू उत्थे उदों 2.5 साल मोर्चा चलिया ही हुण असी भावें 5 साल चले 2 साल चले असी रगड़ा साहब की अगवाई के बादल साहब की अगवाई के असी हुण भी नाल हाँ असी किसान हाँ पहला किसान हाँ अकाली दल साडा बाद चे हुण पार्टी वाली पिछे किसान पहला किसान असी पहला किसान हाँ और पंजाब दे विच पंजाबियों वास्ते मैं लड़ाइया बड़िया ही लड़दे आ रहे हैं 1983 च भी मैं मोर्चे च अही लड़े ने अही जिते ने और हुण भी सानू विश्वास है परमात्मा के गुरु से गुरु गोबिंद सिंह गुरु ग्रंथ साहब से गुरु नानक देव जी के असी हुण भी जितांगे और जित के आवांगे सारे किसान जिहड़े ने वो सारे इकट्ठे ने सारे ये कल्ले दा नहीं वर्ल्ड का किसान जिहड़ा साडे नाल आ टाइम और अही जितांगे सानू गुरु ते भरोसा साडा गुरु बहुत जिन्हें सारे संसार वास्ते अपना जीवन बलिदान दिता है अही उहदे सिख हां असी उहदी सिखा ते चलने आ और अही जितांगे सानू विश्वास है दृढ़ नीचे कर अपनी जीत करो साडे गुरु ने कहा सी और अही जितांगे और विश्वास नाल जितांगे। रखड़ साहब डटोगे जिन्नी देर मोर्चा चलिया? बिल्कुल जी 100% जब 6 महीने टेंट लाए ने जे 6 महीने होर एक्सटेंड करने की लड़ पेगी फिर 6 महीने होर एक्सटेंड कर लाँगे ये साल चले चाहे 2 साल चले यदा मोर्चा हुण चलता ही रहना है सिंघां दा जिहड़ा मोर्चा लग गया ये गुरु ने कृपा करनी है सच्चे पातशाह ने मेहर करनी है मोदी च इन्नी ताकत नहीं है कि संघर्ष का झल चल सके अज उन्हें सारी दुनिया तो नमोसी झलनी पै रही है। इंग्लैंड के प्राइम मिनिस्टर ने जवाब दिता कि मैं 26 जनवरी मैं थोड़ा चीफ गैसट बन के नहीं आ रहा। कनेडा के देख लो अमरीका के स्पीकर ने चिट्ठी लिखी है कि भी अंबैसडर को कह भी जो तुम कर रहे हो गलत कर रहे हो तुम्हें किसानों की गल सुननी चाहिए और गल मननी चाहिए जी। और लगातार तस्वीर दर्शकों पटियाला दियां ने जिथे हालांकि श्रोमणी अकाली दल के सीनियर आगू ने सबका कैबिनेट मंत्री रहे ने पर इस वेले इन्हां दे वल्लों यह कहा जा रहा है कि पार्टीबाजी पिछे छड्ड के अज पंजाब दे किसान दा पुत जिहड़ा है दिल्ली वल नूं कूच करेगा और जिद्दां किसान जथेबंदियां ने होका दे दिता है कि मीटिंगां बेसिट्टा रह रहियां ने और 26 जनवरी नूं ट्रैक्टर मार्च जिहड़ा इतिहासिक हो निबड़ेगा उस तरीके दे नाल वख-वख पिंडां तों वख-वख आगू जिहड़े ने जत्थे लै के निकलने शुरू हो चुके ने और रखड़ा साहब का भी यही कहना है कि पार्टीबाजी तो उठे उपर उठ के अज लोड़ है किसानी नूं बचाउण दी अपने हितां नूं बचाउण दी यही कारण है कि वख-वख जत्थियां दे राहीं दिल्ली वल नूं कूच किया जा रहा है और उम्मीद इन्हां दे वल्लों भी यही जताई जा रही है कि आने वाले दिनों दे विच केंद्र दी मोदी सरकार जिहड़ी है जल्द ही खेती कानून रद्द करेगी और पंजाब दा पुत पंजाब दा किसान जिहड़ा वापस परतेगा। वीरां दे विच इस वेले तुसीं साफ तौर पर देख सकते हो NRI वी भैण भरावां दे सहयोग दे नाल इह जिहड़ा ट्रैक्टरां दे विच ट्रालियां भर भर के जिहड़ा समान है अगे वल नूं कूच किया जा रहा है और बहुत ही सत्कारयोग साढ़े NRI भरा साढ़े नाल ने। सर दिल्ली वल नूं कूच कर रहे हो की समझते हो कि जिन्ना चिर मोर्चा चलेगा डटनगे NRI वी भैण भरा? हाँ जी डटनगे जी सारा जिन्ना चलूगा NRI रहणगे। अच्छा जी हाँ जी ते अज दी गल की जाए तो किन्ना क इकट्ठ तुहाडे नाल जा रहा जी? साढ़े नाल जी 500 ट्रैक्टर ट्राली होएगा जी सारा। अच्छा हाँ जी
ਤੁਹਾਨੂੰ ਇਸ ਤਰੀਕੇ ਦੇ ਨਾਲ ਕਿਉਂਕਿ ਆ ਦਿੱਲੀ ਵਾਲ ਨੂੰ ਟਰੈਕਟਰ ਤੇ ਜਾਓਗੇ ਜਾਂ ਕਿਸ ਤਰ੍ਹਾਂ? ਜੀ ਟਰੈਕਟਰ ਤੇ ਹੀ ਬੈਠੇ ਆ। ਅੱਛਾ ਜੀ, ਟਰੈਕਟਰ ਤੇ ਜਾਵਾਂਗੇ। ਬਾਕੀ ਜਿਹੜੇ ਸਾਰੇ ਜਾ ਰਹੇ ਨੇ, ਮੈਂ ਇਕੱਲਾ ਤੋੜੀ ਆ, ਸਾਰੇ ਜਾ ਰਹੇ ਨੇ ਜੀ। ਜਿਵੇਂ ਜਥੇਬੰਦੀਆਂ ਦੇ ਵੱਲੋਂ ਇਹ ਕਹਿ ਦਿੱਤਾ, ਪਿੰਡਾਂ ਦੇ ਵਿੱਚ ਹੋਕਾ ਦੇ ਦਿੱਤਾ, ਲੱਗਦਾ ਕਿ ਹੁਣ ਹੋਰ ਵੱਡਾ ਇਕੱਠ ਹੋ ਜੂ ਦਿੱਲੀ ਦੇ ਵਿੱਚ? ਹਾਂਜੀ, ਜ਼ਰੂਰ ਹੋਏਗਾ ਜੀ। ਅੱਜ ਤੋਂ NRI ਵੀ ਹੋਣੇ ਸ਼ੁਰੂ ਹੋ ਗਏ ਨੇ ਤੇ ਸਾਰੇ ਮਿਲਦੀ ਕਿਰਪਾ ਨਾਲ ਘੱਟ ਵਧੂਗਾ। ਅਮਰੀਕਾ ਦੇ ਵਿੱਚ ਕੀ ਮਾਹੌਲ ਚਾਲ ਹੈ? ਅਮਰੀਕਾ 'ਚ ਵੀ ਜੋਸ਼ ਇੱਦਾਂ ਹੀ ਹੈ? ਹਾਂਜੀ, ਆਪਣੇ 'ਚ ਇੱਦਾਂ ਹੀ ਜੋਸ਼ ਹੈਗਾ ਜੀ। ਔਰ ਉੱਥੋਂ ਦੇ ਬਹੁਤ ਸਾਰੇ ਜਿਹੜੇ ਉੱਚ ਪੱਧਰ ਦੇ ਅਧਿਕਾਰੀ ਨੇ, ਉਹਨਾਂ ਦੇ ਵੱਲੋਂ ਵੀ ਕਿਤੇ ਨਾ ਕਿਤੇ ਹਾਂ ਦਾ ਨਾਰਾ ਮਾਰਿਆ ਗਿਆ, ਕੀ ਸਮਝਦੇ ਹੋ? ਫਿਰ ਅਸੀਂ ਸਾਡੀ ਜੀ 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 ਉੱਥੇ ਅਸੀਂ ਜਿਹੜੇ ਕਾਂਗਰਸਮੈਨ ਹੈਗੇ ਨੇ, ਸੈਨੇਟਰਸ ਹੈਗੇ ਨੇ, ਉਹਨਾਂ ਨਾਲ ਵੀ ਗੱਲਾਂ ਕੀਤੀਆਂ ਨੇ, ਉਹ ਵੀ ਸਾਡੀ ਸਪੋਰਟ ਕਰ ਰਹੇ ਹੈਗੇ ਨੇ ਜੀ। ਵਿਸਕਾਨਸਨ ਸਟੇਟ ਦੇ ਜਿਹੜਾ ਸਪੀਕਰ ਹੈਗਾ, ਉਹਨੇ ਆਪਣੇ ਅੰਬੈਸਡਰ ਨੂੰ ਦੋਨਾਂ ਨੂੰ ਚਿੱਠੀਆਂ ਲਿਖੀਆਂ ਨੇ ਕਿ ਹੱਕ 'ਚ ਅਤੇ ਅਮੈਰੀਕਨ ਪੋਲੀਟਿਕਸ ਵੀ ਇਹਦੇ 'ਚ ਆ ਰਹੀ ਹੈਗੀ ਹੈ, ਮਤਲਬ ਇੰਟਰਨੈਸ਼ਨਲ 'ਤੇ ਆਵਾਜ਼ ਜਿਹੜੀ ਉੱਠਣੀ ਸ਼ੁਰੂ ਹੋ ਚੁੱਕੀ। ਅਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਨੇ ਕਿਹਾ ਹੈਗਾ ਕਿ ਇਹਦੇ ਸੁਣਨੀ ਚਾਹੀਦੀ ਹੈਗੀ ਹੈ, ਇੰਗਲੈਂਡ ਵਾਲੇ ਨੇ ਕਿਹਾ ਹੈਗਾ, ਹੁਣ ਇੰਟਰਨੈਸ਼ਨਲ ਆਵਾਜ਼ ਇਹਦੇ 'ਚ ਆ ਰਹੀ ਹੈਗੀ ਹੈ। ਸ਼ੁਕਰੀਆ ਜੀ, ਤੁਸੀਂ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਲਗਾਤਾਰ ਤਸਵੀਰਾਂ ਇਸ ਵੇਲੇ ਜਿਹੜੀਆਂ ਨੇ ਪਟਿਆਲੇ ਦੀਆਂ ਨੇ, ਪਟਿਆਲਾ ਦੇ ਵੱਲੋਂ ਵਿੱਚੋਂ ਜਿਹੜਾ ਹੈ ਵੱਡਾ ਜੱਥਾ ਜਿਹੜਾ ਅੱਗੇ ਵੱਲ ਨੂੰ ਕੂਚ ਕਰਦਾ ਹੋਇਆ ਦਿਖਾਈ ਦੇ ਰਿਹਾ। ਔਰ ਇਹ NRI ਪਰਿਵਾਰ ਨੇ, NRI ਵੀਰਾਂ ਦੇ ਸਹਿਯੋਗ ਦੇ ਨਾਲ ਔਰ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਇਕੱਠ ਹੈ ਅੱਗੇ ਵੱਲ ਨੂੰ ਜਾਵੇਗਾ ਔਰ ਦਿੱਲੀ ਵਿੱਚ ਜਾ ਕੇ ਜਿਹੜਾ ਇਹ ਡੇਰੇ ਲਾਵੇਗਾ ਔਰ ਵੱਖ ਵੱਖ ਤਰ੍ਹਾਂ ਦੇ ਜਿਹੜੇ ਪਦਾਰਥ ਨੇ, ਚਾਹੇ ਕੇਲੇ ਹੋਣ, ਸੇਬ ਹੋਣ ਜਾਂ ਮਠਿਆਈਆਂ ਹੋਣ, ਉਹ ਟਰਾਲੀਆਂ ਦੇ ਵਿੱਚ ਭਰੀਆਂ ਹੋਈਆਂ ਨੇ ਔਰ ਇਹ ਦਿੱਲੀ ਵਿੱਚ ਜਾ ਕੇ ਜਿਹੜਾ ਹੈ ਜਿਹੜੇ ਕਿਸਾਨ ਧਰਨੇ 'ਤੇ ਬੈਠੇ ਨੇ ਉਹਨਾਂ ਦੇ ਲਈ ਲੰਗਰ ਜਿਹੜਾ ਹੈ ਲਗਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਦਾ ਸੱਦਾ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਨੌਜਵਾਨਾਂ ਦੇ ਵਿੱਚ ਜੋਸ਼ ਪੂਰਾ ਹੈ। ਨੌਜਵਾਨ ਇਹ ਕਹਿ ਰਹੇ ਨੇ ਕਿ ਕੋਈ ਵੀ ਨੌਜਵਾਨ ਜਿਹੜਾ ਇੱਕ ਵਾਰੀ ਦਿੱਲੀ ਵਿਖੇ ਹਾਜ਼ਰੀ ਜ਼ਰੂਰ ਲਵਾ ਕੇ ਆਊਗਾ ਔਰ ਮੋਦੀ ਦੀ ਸਰਕਾਰ ਦੇ ਜਿਹੜੇ ਆ ਕੰਨ ਜ਼ਰੂਰ ਖੋਲ੍ਹੇ ਜਾਣਗੇ। ਕੁਛ ਨੌਜਵਾਨ ਵੀਰ ਸਾਡੇ ਨਾਲ ਨੇ, ਸ਼ੰਭੂ ਬੈਰੀਅਰ 'ਤੇ ਸਾਨੂੰ ਮਿਲੇ ਨੇ ਔਰ ਪਟਿਆਲੇ ਤੋਂ ਚੱਲੇ ਸੀਗੇ। ਸਵੇਰ ਤੋਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਵੱਖ ਵੱਖ ਜਗ੍ਹਾਵਾਂ ਤੋਂ ਪਿੰਡਾਂ ਦੇ ਵਿੱਚੋਂ ਜਿਹੜੇ ਰੈਲੀਆਂ ਦੇ ਕਾਫਲੇ ਜਿਹੜੇ ਨੇ ਜਾਣੇ ਸ਼ੁਰੂ ਹੋ ਚੁੱਕੇ ਨੇ। ਬਾਈ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਕਾਫੀ ਜਿਹੜਾ ਕਾਫਲਾ ਹੈ ਦਿੱਲੀ ਵੱਲ ਨੂੰ ਕੂਚ ਕਰ ਰਿਹਾ, ਕੀ ਕਹੋਗੇ? ਭਾਜੀ, ਤੁਹਾਨੂੰ ਪਤਾ ਪਿਛਲੇ ਡੇਢ ਮਹੀਨੇ ਤੋਂ ਤਕਰੀਬਨ ਜੋ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਦੀ ਹਕੂਮਤ ਨੇ ਜਿਹੜਾ ਕਿਸਾਨਾਂ ਦੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ, ਇਹ ਜਿਹੜੇ ਕਾਲੇ ਤਿੰਨ ਕਾਨੂੰਨ ਜਿਹੜੇ ਉਹਨਾਂ ਨੇ ਪਾਸ ਕੀਤੇ ਨੇ, ਅੱਜ ਸਾਡੇ ਜਿਹੜੇ ਭਰਾ ਉੱਥੇ ਬੈਠੇ ਨੇ, ਅਸੀਂ ਵੀ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਗੱਡੀਆਂ ਲੈ ਕੇ, ਟਰਾਲੀਆਂ ਲੈ ਕੇ ਅਸੀਂ ਅੱਜ ਆਏ ਹਾਂ। ਅਸੀਂ ਇਹ ਗੱਲ ਸਾਰੇ ਮੇਰੇ ਵੀਰਾਂ ਨੂੰ ਹੋਰ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਕੋਈ ਮੇਰੇ ਵੀਰ ਪਿੰਡਾਂ 'ਚ ਬੈਠੇ ਹੋ, ਵੇਖੋ ਨਵਾਂ ਜਿਹੜਾ ਅੱਜ ਨਵੀਂ ਜਨਰੇਸ਼ਨ ਹੈ, ਨਵੇਂ ਨੌਜਵਾਨ ਵੀਰ ਨੇ, ਸਾਡੇ ਜੇ ਬਜ਼ੁਰਗ ਉੱਥੇ ਬੈਠੇ ਨੇ ਤਾਂ ਅਸੀਂ ਵੀ ਜਾ ਕੇ ਉਹਨਾਂ ਨਾਲ ਬਰਾਬਰ ਬਵਾਂਗੇ ਅਤੇ ਇਹ ਵਾਪਸ ਕਰਾ ਕੇ ਮੁੜਾਂਗੇ, ਨਹੀਂ ਤਾਂ ਸਾਨੂੰ ਮਰਨਾ ਪਿਆ, ਅਸੀਂ ਮਰਨ ਲਈ ਵੀ ਤਿਆਰ ਹਾਂ ਮੇਰੇ ਵੀਰੋ। ਅੱਜ ਤੁਸੀਂ ਵੇਖ ਰਹੇ ਹੋ ਪਿੱਛੇ ਸਾਡੀਆਂ ਟਰਾਲੀਆਂ ਵੀ ਸਾਡੀਆਂ ਆ ਰਹੀਆਂ ਨੇ, ਗੱਡੀਆਂ ਵੀ ਲੈ ਕੇ ਪਹੁੰਚਿਆ, ਨਵੇਂ ਨੌਜਵਾਨ ਵੀਰ ਸਾਡੇ ਨਾਲ ਤਕਰੀਬਨ 100, ਅਸੀਂ 200-300 ਮੁੰਡਾ ਇੱਥੇ ਹੁਣ ਜਿਹੜੇ ਅੱਜ ਅਸੀਂ ਕਾਫਲਾ ਦਿੱਲੀ ਵਾਸਤੇ ਜਾ ਰਹੇ ਹਾਂ ਜੀ। ਔਰ ਕੇਂਦਰੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ ਹਜੇ ਵੀ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ, ਵਹਿਮ ਕਿਹੜਾ ਰਹਿ ਗਿਆ? ਇੱਦਾਂ ਜੀ, ਵੇਖੋ ਕਿਹੜੀ ਜਿੱਦ ਦੇ ਬੈਠੇ ਨੇ ਉਹਨਾਂ ਨੂੰ ਮੰਨ ਜਾਣਾ ਚਾਹੀਦਾ, ਜੇ ਨਹੀਂ ਮੰਨਦੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜੀ, ਇਹ ਗੁਰੂ ਮਹਾਰਾਜ ਕਲਗੀਧਰ ਦੀ ਕੌਮ ਹੈ, ਜਿਹੜੀ ਸਿੱਖ ਕੌਮ ਹੈ, ਇਹਦੇ ਅੱਗੇ ਤਾਂ ਰਾਜੇ ਮਹਾਰਾਜੇ ਝੋਗੇ ਨੇ, ਤਾਂ ਫਿਰ ਇਹਨਾਂ ਨੂੰ ਝੁਕਾ ਕੇ ਮੁੜਾਂਗੇ, ਨਹੀਂ ਤਾਂ ਉੱਥੇ ਬੈਠੇ ਹਾਂ ਦਿੱਲੀ 26 ਜਨਵਰੀ ਤੋਂ ਪਹਿਲੇ ਉਹਨਾਂ ਨੂੰ ਦੱਸ ਦਿਆਂਗੇ ਵੀ ਤਿਰੰਗਾ ਝੰਡਾ ਜਿਹੜਾ ਚੜਾਉਣਾ, ਉਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਚੜਾਈਦਾ, ਸਾਡੇ 'ਚ ਇੰਨਾ ਜਜ਼ਬਾ ਭਰਿਆ, ਅਸੀਂ ਉੱਥੇ ਜਾਂ ਮਰਾਂਗੇ ਜਾਂ ਮਾਰਾਂਗੇ ਮੇਰੇ ਵੀਰਾ, ਅਸੀਂ ਚੈਲੇਂਜ ਕਰਨੇ ਹਾਂ, ਅਸੀਂ ਵਾਪਸ ਨਹੀਂ ਮੁੜਾਂਗੇ, ਜਾਂ ਮੋਦੀ ਦੇ ਗੋਡੇ ਲਵਾ ਕੇ ਮੁੜਾਂਗੇ ਅਤੇ ਜਾਂ ਫਿਰ ਸਾਡੀਆਂ ਲੱਛਾਂ ਆਉਣਗੀਆਂ ਉੱਥੋਂ ਫਿਰ ਵਾਪਸ। ਤੁਸੀਂ ਪੰਜਾਬ ਤੋਂ ਚੱਲੇ ਹੋ ਅੱਗੇ ਸ਼ੰਭੂ ਬੈਰੀਅਰ 'ਤੇ ਜਿਹੜਾ ਹਰਿਆਣਾ ਦੇ ਭਰਾਵਾਂ ਨੇ ਜਿਹੜਾ ਲੰਗਰ ਲਾਇਆ ਹੋਇਆ ਹੈ, ਕਿੱਦਾਂ ਦੇਖਦੇ ਹੋ ਇਸ ਪਿਆਰ ਨੂੰ? ਅਸੀਂ ਇਹਨਾਂ ਦਾ ਦੇ ਨਹੀਂ ਦੇ ਸਕਦੇ, ਵੇਖੋ ਪਹਿਲੂ ਸਰਕਾਰਾਂ ਗਮਰਾਹ ਕਰਦੀਆਂ ਸਨ, ਪਾਣੀ ਦਾ ਮੁੱਦਾ, ਇੱਦਾਂ ਦੇ ਮੁੱਦੇ, ਪਰ ਇਸ ਲਹਿਰ ਨੇ ਸਾਨੂੰ, ਮੈਂ ਕਹਿੰਦਾ ਅਸੀਂ ਧੰਨਵਾਦ ਵੀ ਕਰਦੇ ਹਾਂ, ਜਿਹੜਾ ਇਸ ਲਹਿਰ ਨੇ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਜੋੜਿਆ, ਭਰਾਵਾਂ ਨੂੰ ਭਰਾਵਾਂ ਨਾਲ ਜੋੜਿਆ, ਹਰਿਆਣੇ ਦੇ ਵਿੱਚ ਜਿਹੜੇ ਲੋਕ ਨੇ, ਅਸੀਂ ਉਹਨਾਂ ਦਾ ਦੇ ਨਹੀਂ ਦੇ ਸਕਦੇ। ਅਸੀਂ ਪਹਿਲੇ ਦਿਨ ਵੀ ਜਿੱਦਣ ਬੈਰੀਗੇਡ ਤੋੜ ਕੇ ਅਸੀਂ ਲੰਘੇ ਹਾਂ, ਸਾਡੀ ਜਿੰਨੀ ਉਹਨਾਂ ਮਦਦ ਕੀਤੀ ਆਪਣੇ ਟਰੈਕਟਰਾਂ ਨਾਲ, ਟਰਾਲੀਆਂ ਨਾਲ, ਆਪਣੇ ਕਰਾਵਾਂ ਨਾਲ, ਉਹਨਾਂ ਰਾਹ ਸਾਡੇ ਨਾਲ ਬੰਦ ਕਰਾਏ ਨੇ,
असी उन्हां दे नहीं दे सकते। अज भी उन्हां लंगर लाए ने जिन्हां सानू प्यार हरियाणे दे मेरे वीरां ने दिता है, असी उन्हां दा दे नहीं दे सकते। साडे नाल हर एक बंदा जुड़िया, असी सारे किसानां दा सारे दुनिया के जिन्हें हिंदुस्तान के जथेबंदियां ने अं सारे धन्नवाद करते हैं। तो एको बेनती करने भी जिमें जुड़े हैं इवें जुड़ के रहो, किसी के कई शरारती बंदे दे विच किसी के नाम गलत लग जाओ, अपना मोर्चा फतेह वे फतेह करा के मुड़ांगे। वाहिगुरू जी का खालसा, वाहिगुरू जी की फतेह। भाई जी मीटिंग की जरूर आप चर्चा कर लीए, क्योंकि रह ही पल हूँ मीटिंगा गई जिदा काम कार चलता पाया। 8 तरीक की बीते कल मीटिंग हुई, बेसिटा रही है, 15 तरीक न फिर सद्दा पत्र भेजता, लगता मीटिंग दे विच हल हो जूगा कोई ना कोई। भाजी तुसी तुहानू पता ही है, देखो जे 8 मीटिंगा विच कुछ नहीं होया, एवें टाइम नू टपाई जांदे ने। हुण तां इन्हां नू सिर्फ यही है भी इन्हां नू घबरा करके रखीए बैठे ने, इत्थे अपने बंदे छड्डे ने भी इन्हां नू पाड़ीए, पर वो काम इन्हां नू होना नहीं। जिन्नियां मर्जी कर लैण सानू मीटिंगा विच भी, हुण कल जिहड़ी मीटिंग होई है बेसिटा हुई है, तो साडे जिहड़े यूनियन के प्रधान ने सियाने ने उन्होंने पता लग गया, हुण अगली कोई मीटिंग दे विच जे कोई क्लीयर गल होएगी तो अभी मीटिंग दे प्रधान साडे जाणगे, नहीं तां मीटिंग विच भी हुण कोई जाण दा फायदा नहीं हैगा, हुण डटे आ डटे रहांगे जी। हुण जी बहुत बहुत शुक्रिया जी। होर भी बहुत सारे सज्जन ने जी गलबात करनी चाहते हैं। अब्बा जी कि जगह तो आए हो और किधर नूं जाना है? मैं जी डिस्ट्रिक्ट पटियाले तो आया, और साडे रणबीर शर्मा जी कुंडली बॉर्डर पर बैठे ने, उन्होंने किसानों का पूरा पूरा साथ दिता है, और जिहड़ा साडा समर्थन है वह अज किसानों के नाल है। जिहड़े 3 कानून मोदी साहब ने अपना लाए ने वो गलत ने, वो किसानों के हक च करने चाहिए ने, और फैसला किसानों के हक च होना चाहिए। और मैं पूरन चंद वर्तिया, राष्ट्रीय लोक स्वराज पार्टी, जो कि मैं किसानों के नाल अज यानी कि इतने हाजिर होया, और मेरा तन मन इन्हां दे नाल है। साढ़े भरा पहले कह ही गए ने भी असी किसी भी गल तो अं पिछे नहीं हटांगे, मोदी साहब ने यह 3 कानून वापस लैने चाहिए ने। जी बहुत बहुत शुक्रिया जी, तुसीं गलबात कीती और लगातार पल पल की खबर तुहाडे तक शेयर कर रहे हैं। साडियां टीमां वख वख बार्डरां ते वी लगा हुईयां ने, उत्थों भी तुहानूं पल पल की अपडेट देने की कोशिश कर रहे हैं, और पिंडां दे विचों और साहब जी कुछ। हाँ जी जी हाँ जी जी, किस तरह देखते हो इन्हां कानूनां नूं? मोदी की सरकार हजे भी मानती नहीं है, की समझते हो? बहुत धक्का है जी, बहुत गलत है, मनना चाहिए। बहुत समा हो गया, ठंड का मौसम है, तो किसानों की साढ़े सारे की गल सुननी चाहिए। जी कि जगह तो आए तो कि जगह माने तो आए जी अच्छा समाने तो आए। हाँ जी जो ट्रैक्टर काफला आया वो नाल ही आए? हाँ जी हाँ जी, 100 ट्राली है साढ़े को सारी जी, तो धारीवाल साहब नाल ने सारे सारी आए हैं जी। अगे डटना पे तो डटोगे? जिन्ने देर डटांगे, डट के डटन वास्ते आए हैं, हुण घर नहीं जाते, असीं डट के मुड़ते नहीं, जो मसला हल नहीं हुंदा, इहदे नाल करना ही पैना। बहुत माड़ी गल है मोदी सरकार वास्ते, इन्नी डिक्टेटरशिप नहीं चाहिए, किसानों की गल मननी चाहिए है। बहुत बहुत शुक्रिया जी, तुम गलबात की, और लगातार पल पल की खबर थोड़े तक पहुँचती कर रहे हैं, और होर भी जोड़े वीर ने साडे गलबात करने की चाहते हैं। वीर जी तो अपना चैनल है, दिल खोल के गल करो। अज असी केंद्र की सरकार को दसना चाहते हैं कि अज देशां विदेशां च वसदे साडे पंजाबी जिहड़े साडे पुराने बजुर्ग जां वीर जिहड़े उत्थे बैठे ने, उन्होंने बहुत वड्डा उपराला जिहड़ा केंद्र नूं हुण झुकाउण लई कर लिया, क्योंकि अज देश दे विच साडे बहुत ही सत्कारयोग सरदार दर्शन सिंह जी धालीवाल, जिहड़े कि US तों स्पैशल तौर पर अज पटियाला दी धरती ते जिन्हां दा जन्म होया सी रखड़े पिंड ओह पहुंचे, उन्होंने बहुत वड्डा काफला 250-300 ट्राली लै के राशन दी साडे किसान भरा नौजवान वीरां नूं नाल लैके उस मुहिम दे विच जिहड़ी साडे किसान यूनियन दे आगूआं ने अज तो तकरीबन 5-6 महीने पहलां शुरू कीती सी। पहलां उन्होंने पंजाब दे विच वख-वख तरीकां नाल DC दफ्तरां दे अगे वैरियर ते टोल वैरियरां ते बैठ के अपना रोस जाहर कीता, लेकिन केंद्र दी सरकार नूं कोई फर्क नहीं पिया जी। फिर इन्हां ने उपराला किया, साडे नौजवान वीरां ने, साडे बजुर्गां ने, किसान आगूआं ने हरियाणे दे नाल मिल के पंजाब ने दिल्ली दे वार्डां ते बैठ के उन्हां नूं मनाउण दी कोशिश की कि साडी सुणो, साडी होंद दा खतरा हो गया, साडी मनुखता दा मतलब कि अज मनुखता दी लड़ाई होगी, क्योंकि जे रोटी नहीं रही, किसान नहीं फसल उगाऊगा तां रोटी नहीं मिलनी। रोटी ये तो है नहीं भी कल्ली किसान नूं नहीं मिलनी, किसे नूं भी नहीं मिलनी, ना किसी गरीब नूं मिलनी है, ना मजदूर नूं मिलनी है। अज मजदूर किसान यूनियन जिहड़ी एकता हुई आ, ये अन्न दे करके हुई आ, क्योंकि अन्न तो बिना किसी का नहीं चढ़ता। सो मैं देखिया कि सरदार दर्शन सिंह धालीवाल का असी धन्नवाद भी करदे हां, जिन्हां ने जिहड़े साडे बजुर्ग नौजवान वीर जिवें पटियाले डिस्ट्रिक्ट तो बहुत वड्डी गिणती च अज हज़ारां दी गिणती च
उस दिल्ली सिंधु बैडियर से जोड़ा कि धरना चल रहा वो शामिल होने वो जे जा नहीं सकते तो उन्होंने उन्होंने व्हीकल भी मुहैया कराए ने राशन पानी का प्रबंध उत्थे टेंट सिटी जी वाटरप्रूफ बनाई है उन्होंने रहन का प्रबंध सो मैं समझदा कि दिल्ली की सरकार हुण जाग जाना चाहिए मोदी साहब ने करोना की आड़ लैके बड़े गलत काम कर ले पर हुण मोदी साहब नूं झुक जाना चाहिए ये कानून तीन जिहड़े काले कानून उन्होंने पंजाबियों ते थोपे ने जां हिंदुस्तान ते थोपते जां किसानां नूं मारन लई बनाए गए ने ये खत्म कर देने चाहिए ने इन्हां नूं वापस लैके साडे किसान मजदूर जिहड़े कि दिल्ली के बार्डरां ते ठंड दीआं रातां दे पोह माघ दीआं जिहड़ियां पोह दीआं रातां सी जिते चार साहबजादों की शहीदी जोड़ मेला चल रहा थी साडे किसान उत्थे ठंड दे विच शहादतां दे रहे सी सो ये सिख कौम नूं बंगार रही आ भाजपा सरकार आ जी मैं समझदा इनू झुक जाना चाहिए क्योंकि सिख जिहड़े ने कदे पिछे नहीं मुड़े अज सिख कौम अगवाई कर रही आ पूरा देश उन्हां दी पिछे चट्टान वांग खड़ा क्योंकि जे पंजाब चलिया ती अज पूरे पंजाब हिंदुस्तान दे सूबे ने जिहड़े वह साढ़े जिहड़ियां 31 किसान यूनियन थी उन्हां दी अगवाई दे विच लड़ाई लड़ रहे ने मैं धन्नवाद भी करदा सारे देश दे किसानां दा मजदूरां दा वीरां दा जिहड़े हुम हमा के उस धरने दे विच शामिल हो रहे ने सो सानू भी अज मौका मिलिया असीं पहलां भी दो वारी जाके आ लेकिन सरदार दर्शन सिंह जी धालीवाल ने जिन्हां ने अज बहुत वड्डा काफला अज पटियाले तो रवाना करके दिल्ली लई चले ने सो उन्होंने यही ऐलान किया भी जदों तक काले कानून वापस नहीं मोदी सरकार लै लैंदी उदों तक असीं भी उत्थों वापस नहीं आउणा सो मैं समझदा कि अज मोदी साहब नूं सोच लैणा चाहीदा जेकर US कनेडा अमेरिका जिथों जिथों साडे पंजाबी भरा बैठे सी चल के आ के इस मुहिम दे विच शामिल होए ने मोदी साहब नूं सोचना चाहीदा कि जे उन्हां नूं भी फिक्र पै गया कि साडे जे पंजाब दे विच वसदे साडे वीरां नूं जमीनां ना रहियां जां उन्हां दी खेती ओ ना रही तां असीं किहदे लई जावांगे सो अज मनुखता की लड़ाई आ मोदी साहब नूं अपील करदा बेनती करदा कि कानून वापस लै लो कोई फायदा नहीं क्योंकि अज रखड़ा परिवार आ जिहड़ा तिने भरा सरदार सुरजीत सिंह रखड़ा सरदार चरणजीत सिंह रखड़ा सरदार दर्शन सिंह धालीवाल सारे भरावान ने यह तहैया करके चले ने क्योंकि वह परिवार आ जिहड़ा तमिलनाडु की सुनामी च भी पूरा योगदान पा के आया थी अपना राशन लैके लंगर लैके अज उन्होंने इस संघर्ष के कुद पे ने कहते अज पटियाला जिला कि असी पूरे पंजाब हौली हौली उत्थे झोक देंगे जिहड़े भरा नहीं जा सकते फ्री बसा ला रहे हैं पटियाले तो फ्री बसा रोज़ जाया करनगियां लंगर पानी का टेंट सिटी का सो प्रबंध पूरे ने भरावो मैं पूरे समुचे देशवासियों अपील करदा कि आप सारी जिवें आप तीर्थां ते हरिमंदर साहब पटना साहब हजूर साहब हाजरी लवाने भरावो दो दिन केंद्र के काले कानूनों के खिलाफ आप लड़ाई दे विच भी कढ़ीए सारे दिल्ली पहुँचीए ता जो केंद्र नूं जाग आ सके ते किसानी दे थोपे गए कानून वापस लै सके केंद्र सरकार सो तुहाडे जरिए मोदी साहब नूं फिर अपील करदा कि मोदी साहब तुसीं समझो तुसीं मन्नो तुसीं सिख कौम नहीं तुसीं किसान नूं मंगा दे सो किसान कदे पिछे नहीं मुड़िया किसान तुहानूं पिछे मुड़ना पऊगा सो तुहानूं अपील करदा तुसीं पिछे मुड़ जाओ किसान कदे पिछे नहीं मुड़दा जदों चल पिया किसान दे नाल नाल इक सिख कौम भी आ जिहदा इतिहास आ मरनी मर जांदी आ कदे पिछे नहीं मुड़ी सो मोदी साहब नूं अपील करदे आ ओह कानून वापस लवे सारे साडे किसान बजुर्ग साडियां मावां भैणां जिहड़ियां कि बार्डरां दे उत्ते ठंड च रातां कट रहे सारे खुशी खुशी अपने घरां नूं आउण अपने परिवारां च सुख दी रोटी खाण मोदी साहब तुहानूं कोई फर्क नहीं पैणा तुसीं कल्ले हो तुसीं रहम करो तुसीं देश दी जनता नूं बचाओ इह कानून वापस लओ जी बहुत बहुत शुक्रिया तुसीं गल्लबात कीती और दर्शन सिंह धारीवाल जिन्हां दा वड्डा योगदान है और NRI परिवार है रखड़ा परिवार है और तिने भरा भी अज नाल गए ने और वड्डा काफला लैके गए ने और तहैया यही करते हैं कि तीन खेती कानून जिहड़े ने जल्द तो जल्द वापस होण कैमरा परसन शहरी दे नाल मैं अमन चंद हमदर्द TV शंभू वाट